ਹਾਂ ਜੀ ਕੀ ਮਾਮਲਾ ਜੀ ਮਾਰਕੀਟ ਕਰਕੇ ਆਪਾਂ ਕੋਲ ਮੈਥ ਰੋਡ ਠੀਕ ਹੈ ਪਿੱਛੋਂ ਤਿੰਨ ਕੁ ਮੁੰਡੇ ਆਏ ਨਾ ਰੋਕ ਕੇ ਮੈਨੂੰ ਨਾ ਫੜ ਲਿਆ ਪਿੱਛੋਂ ਅਤੇ ਕਿਰਪਾਨਾਂ ਗੁਣਾ ਕੱਢਿਆ ਜੀ ਆਪਣੀਆਂ ਨੇ ਅਤੇ ਪਿਸਤੌਲ ਵੀ ਮੈਨੂੰ ਦਿਖਾਈ ਉਹਨਾਂ ਨੇ ਅਤੇ ਪੇੜਾ ਪੁੜਾ ਮਾਰਿਆ ਮੇਰੇ ਬੈਗ ਖੋਲਿਆ ਅਤੇ ਮੇਰੇ ਮੋਬਾਈਲ ਵੀ ਖੋਲਿਆ ਉਹਨਾਂ ਨੇ ਕਿਹਤੇ ਸਵਾਰੀ ਉਹ ਤਿੰਨ ਜਣੇ ਪਲੈਟੀਨਾ ਮੋਟਰਸਾਈਕਲ ਸੀਗੇ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਮੈਂ ਇੱਧਰੋਂ ਆਉਂਦਾ ਪਿਆ ਸੀ ਮੋਟਰਸਾਈਕਲ ਤੁਹਾਡੇ ਕੋਲ ਕੀ ਚੀਜ਼ ਜੋ ਉਹਨਾਂ ਲੁੱਟ ਕੀਤੀ ਉਹਨਾਂ ਨੇ ਮੇਰੇ ਕੋਲ 70,000 ਰੁਪਏ ਕਿਹਾ ਸੀਗਾ ਬੈਗ ਦੇ ਵਿੱਚ ਮੇਰਾ ਮੋਬਾਈਲ ਸੀਗੇ ਦੋ ਕੀ ਚੀਜ਼ ਦਾ ਕੰਮ ਕਰਦਾ ਸੀ ਮੈਂ ਇਹ ਤਾਂ ਕੰਪਨੀ ਕਲੈਕਸ਼ਨ ਦਾ ਕੰਮ ਕਰਦਾ ਕੋਈ ਉਹਨਾਂ ਹਥਿਆਰ ਵਗੈਰਾ ਵੀ ਦਿਖਾਇਆ ਤੁਹਾਨੂੰ ਕੀ ਕੀ ਦਿਖਾਇਆ ਤੁਹਾਨੂੰ ਉਹਨਾਂ ਕਿਰਪਾਨ ਦਿਖਾਈ ਤੇ ਉਹ ਕਹਿੰਦੇ ਨੂੰ ਆਪਣੇ ਪਸੋਲੀ ਦਿਖਾਈ ਤੇ ਬੈਗ ਤੇ ਹੈਗਾ ਆਹ ਮਾਮਲਾ ਹੋਗਾ ਹਾਂਜੀ ਬੈਗ ਕਰੀ ਕਰੀ ਜਾ ਤੇ ਆਪਣੇ ਇੱਥੇ ਆ ਚੀਪੋਰੀ ਮੰਦਰ ਦੇ ਕੋਲ ਹੀ ਹੈ ਆਪਣਾ ਨਾਮ ਬੋਲ ਦਿਓ ਮੇਰਾ ਨਾਮ ਪ੍ਰਤਾਪ ਹੈ ਡੇਲੀ ਆਉਂਦੇ ਸਾਡੇ ਕੋਲ ਨੂੰ ਲੈ ਕੇ ਆਉਂਦੇ ਰੋਜ਼ ਦੁਪਹਿਰੇ ਸ਼ਾਮੀ ਆਉਂਦੇ ਕਲੈਕਸ਼ਨ ਕਰਕੇ ਲੈ ਜਾਂਦੇ ਆ ਅੱਜ ਵੀ ਰੁਟੀਨ ਵਰਤ ਕੇ ਆਇਆ ਸੀ ਮੈਂ ਤਾਂ ਹੈ ਨਹੀਂ ਸੀ ਬੈਗ ਦੇ ਬਾਹਰ ਸੀ ਤੇ ਮੇਰਾ ਜਿਹੜਾ ਮੁੰਡਾ ਕੰਮ ਕਰਦਾ ਉਹੀ ਸੀ ਸ਼ਾਪ ਤੇ ਤੇ ਉਹੀ ਆਇਆ ਉਹੀ ਉੱਥੇ ਸ਼ਾਪ ਤੋਂ ਹੋ ਕੇ ਇੱਧਰ ਆਏ ਆ ਉੱਥੋਂ ਹੀ ਮਤਲਬ ਪਤਾ ਨਹੀਂ ਕਿੱਦਾਂ ਕੋਈ ਕਿਸੇ ਨੇ ਰੇਕੀ ਕੀਤੀ ਹੈ ਇਹਨਾਂ ਨੇ ਪਿੱਛੇ ਲੱਗ ਗਏ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਜਾਂ ਤਾਂ ਹੋਵੇ ਕਿ ਕਦੀ ਡੇਲੀ ਇਹਨਾਂ ਦਾ ਪਿੱਛਾ ਕਰਦਾ ਹੋਵੇ ਜਾਂ ਤਾਂ ਤਾੜ ਰੱਖੀ ਹੋਵੇ ਆ ਉਹ ਕਹਿੰਦੇ ਕੋਈ ਸ਼ੱਕੀ ਨਹੀਂ ਕਦੀ ਨਾਲੇ ਇਹਨਾਂ ਦਾ ਕੋਈ ਫਿਕਸ ਟਾਈਮ ਥੋੜਾ ਮਹੀਨੇ ਵਿੱਚ ਜਾਣਾ ਕਿਤੇ ਦੁਪਹਿਰੇ ਜਾਂਦੇ ਕਿਤੇ ਸ਼ਾਮੀ ਜਾਂਦੇ ਆ ਕਿਉਂਕਿ ਹਰ ਕੋਈ ਬੰਦਾ ਜਿਹੜਾ ਆਪਦੇ ਧਿਆਨ ਜਾਂਦਾ ਉਹਨੂੰ ਨਹੀਂ ਪਤਾ ਹੁੰਦਾ ਸਾਡੇ ਪਿੱਛੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਕੀ ਪਤਾ ਉਹ ਡੇਲੀ ਇਹਨਾਂ ਨੂੰ ਦੇਖਦੇ ਹੁਣ ਵੀ ਕਿੱਥੇ ਦਾ ਕਿਹੜਾ ਲੰਘ ਆਇਆ ਕਿੱਧਰੋਂ ਲੰਘਦਾ ਵੜਦਾ ਹੈ ਇਹ ਤਾਂ ਹੁਣ ਉਹ ਹੀ ਜਾਣਦੇ ਆਪਾਂ ਇਹਦੇ ਬਾਰੇ ਕੀ ਦੱਸੋ ਕੋਈ ਤਾਂ ਸੀਸੀਟੀਵੀ ਨੂੰ ਦੇਖ ਕੇ ਕੈਮਰੇ ਰੋਡ ਤੇ ਲੱਗੇ ਆ ਤੇ ਸਾਡੀ ਜੋਬ ਆਪਣੀ ਦੁਕਾਨ ਤੇ ਵੀ ਲੱਗੇ ਹੋਏ ਆ ਆ ਰੋਡ ਜਿੱਦੋਂ ਆਏ ਇੱਧਰ ਵੀ ਲੱਗੇ ਹੋਏ ਕੈਮਰੇ ਦੋ ਤਿੰਨ ਨਹੀਂ ਇਹ ਤੇ ਇੱਧਰੋਂ ਆਏ ਉਹ ਕਿਸ ਸਾਈਡ ਤੋਂ ਆਏ ਕੁਝ ਦੱਸਿਆ ਨਾ ਪਿੱਛੇ ਆਏ ਕਹਿੰਦੇ ਅੱਛਾ ਫਿਰ ਉੱਥੋਂ ਤਾਂ ਪਤਾ ਲੱਗ ਹੀ ਜਾਏਗਾ ਕੈਮਰੇ ਤੋਂ ਹੋ ਚੁੱਕਾ ਮੇਰੇ ਨਾ ਮੋਟਰਸਾਈਕਲ ਚ ਮੋਟਰਸਾਈਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰੀ ਆ ਅੱਛਾ ਜੀ ਇੱਥੇ ਸਿੱਧੀ ਗੱਲ ਹੈ ਇੱਥੋਂ ਮੈਂ ਆ ਰਿਹਾ ਸੀ ਦੋ ਮੁੰਡੇ ਸੀਗੇ ਮੇਰੇ ਪਿੱਛੇ ਕਲੈਕਸ਼ਨ ਦਾ ਕੰਮ ਆ ਮੇਰਾ ਇਹਨਾਂ ਨੇ ਨਾ ਮੇਰੇ ਚ ਇੱਥੇ ਆ ਕੇ ਮੋਟਰਸਾਈਕਲ ਮਾਰਿਆ ਤੇ ਮੇਰੇ ਨਾਲ ਲੜਨ ਦੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਬੈਗ ਤਾਂ ਨਹੀਂ ਖੋਇਆ ਮੈਂ ਨਹੀਂ ਕਹੂੰਗਾ ਕਿ ਮੇਰੀ ਖੋਣ ਆਏ ਸੀਗੇ ਪਰ ਇੱਥੇ ਆ ਸੁਨਸਾਨ ਇੱਥੇ ਸੁਨਸਾਨ ਰੋਡ ਆ ਇੱਥੇ ਕੁਛ ਨਾ ਕੁਛ ਦੋ ਚਾਰ ਬੰਦੇ ਸ਼ਾਮਾਂ ਨੂੰ ਜਾਂ ਦੁਪਹਿਰਾਂ ਨੂੰ ਖੜੇ ਹੁੰਦੇ ਆ ਕਿ ਤਾਲ ਡਰਦੇ ਆ ਵੀ ਕੌਣ ਕਿੱਦਾਂ ਲੰਘਦਾ ਪਿਆ ਆਪਾਂ ਚੋਰ ਕਿਉਂ ਸਾਈਡ ਨੂੰ ਜਾਂ ਚੋਰ ਨਹੀਂ ਉਹ ਕੋਡ ਵਾਲੀ ਨਸ਼ੇੜੀ ਆਪਾਂ ਨਸ਼ੇੜੀ ਕਹਿ ਸਕਦੇ ਆ ਚੋਰ ਤਾਂ ਚਲੋ ਚੋਰ ਤਾਂ ਚੋਰੀ ਕਰਕੇ ਚਲ ਜਾਂਦੇ ਪਰ ਇਹਦਾ ਮਾਰਨ ਦਾ ਮਤਲਬ ਨਹੀਂ ਨਾ ਚੋਰ ਤਾਂ ਚੋਰੀ ਕਰਕੇ ਜਾਏ ਇਹਨੂੰ ਤਾਂ ਮਾਰਨ ਦੀ ਕੋਸ਼ਿਸ਼ ਦੇਖੋ ਕਿੱਦਾਂ ਮਾਰਿਆ ਉਹਦੇ ਅਗਲਾ ਰੋਲ ਗਿਆ ਵਿਚਾਰਾ ਐਕਟਿਵਾ ਚੱਕ ਕੇ ਮਾਰੀ ਲੱਗਦਾ ਫਿਰ ਵੀ ਉਹਨਾਂ ਨੂੰ ਡਰ ਹੁੰਦਾ ਆ ਕਿ ਪੁਲਿਸ ਵਾਲੇ ਖੜੇ ਆ ਸਾਹਮਣੇ ਖੜੇ ਆ ਪਰ ਹੁਣ ਤਾਂ ਕੋਈ ਨਾ ਕਰਨ ਲੱਗਦਾ ਕਿਸੇ ਨੂੰ ਕੋਈ ਕੀ ਲੱਗਦਾ ਵੀ ਇੱਥੇ ਵੀ ਕਦਮ ਮੁਲਾਜ਼ਮ ਖੜਾ ਹੁਣ ਇੱਥੇ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਆ ਬਹੁਤ ਜ਼ਿਆਦਾ ਚੋਰਾਂ ਦੇ ਆ ਨਾ ਲੁਟੇਰਿਆਂ ਦੇ जो कि चल रही कलैक्शन का कम कर रहा है तो तीन नौजवान मुंडे जो है पल्सर मुलसल से आए उसके नौजवान मुंडे का कुटमार हुई है कुटमार करके उन्होंने उन्हें बैग खोलिया जिन्हें दो मोबाइल थी दो मोबाइल थी कुछ कैश बैग के खो के लगे मोटरसाइकिल शिपरी मंदिर है लड़के दुकान लैन गई है शमशान घाट जी घाट
ਉਹੀ ਮੌਕਾ ਅਸੀਂ ਦੇਖਣ ਆਏ ਹਾਂ। ਇਸ ਤੋਂ ਬਾਅਦ ਜੋ ਲੀਡਸ ਮਿਲਦੀਆਂ ਉਹਦੇ 'ਚ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਸਰ ਕਾਹਦੇ 'ਤੇ ਆ ਰਿਹਾ ਸੀ ਸਰ, ਕਿੱਥੋਂ ਆ ਰਿਹਾ ਸੀ, ਕਿੱਥੇ ਜਾ ਰਿਹਾ ਸੀ? ਇਹ ਤਾਂ ਆ ਰਿਹਾ ਸੀਗਾ ਇੱਥੇ ਕਲੈਕਸ਼ਨ ਕਰਕੇ ਮਾਡਲ ਟਾਊਨ ਬੈਂਕ 'ਚ ਜਾ ਰਿਹਾ ਸੀ ਆਪਣਾ ਜਮ੍ਹਾਂ ਕਰਾਉਣ ਪੈਸੇ। ਅਤੇ ਉਹ ਪਲੈਟਿਨਾ 'ਤੇ ਦੱਸਿਆ ਉਹਨੇ ਮੁੰਡੇ ਨੇ ਕਿ ਪਲੈਟਿਨਾ ਮੋਟਰਸਾਈਕਲ 'ਤੇ ਤਿੰਨ ਜਣੇ ਆਏ ਸੀ। ਪਰ ਕੁਛ ਵਿਅਕਤੀ ਜਿਹੜੇ ਫੜੇ ਜਾਂਦੇ ਨੇ, ਪਰ ਕੁਛ ਵਿਅਕਤੀ ਜਿਹੜੇ ਗਨ ਪੁਆਇੰਟ ਦੇ ਉੱਪਰ ਜਿਹੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਨੇ, ਕਿਉਂ ਨੀ ਪੁਲਿਸ ਵੱਲੋਂ ਮਤਲਬ ਜਿਹੜੀ ਕਾਰਵਾਈ ਹੈ ਸਖ਼ਤ ਕੀਤੀ ਜਾਂਦੀ? ਦੇਖੋ ਇਹ ਆ ਕਿ ਅਸੀਂ ਜਿਵੇਂ ਕੱਲ੍ਹ ਵੀ ਕੋਈ ਵਾਰਦਾਤ ਹੋਈ ਸੀ ਉਹਦੇ 'ਚ ਅਸੀਂ ਅੱਜ ਦੋਸ਼ੀ ਅਰੈਸਟ ਕਰ ਲਏ ਜੀ। ਠੀਕ ਆ, ਮਤਲਬ ਸ਼ਾਮ ਤੱਕ ਉਹ ਅਰੈਸਟ ਹੋ ਜਾਣੇ ਜੀ ਬਿਲਕੁਲ। ਇਹ ਵੀ ਸਾਨੂੰ ਉਮੀਦ ਆ ਅਸੀਂ ਟਰੇਸ ਕਰ ਲਾਂਗੇ, ਜਦੋਂ ਇੱਕ ਦੋ ਜਿਹੜੇ ਮਾੜੇ ਅੰਸਰ ਇਹੋ ਜਿਹੇ ਫੜੇ ਗਏ ਤਾਂ ਆਟੋਮੈਟਿਕਲੀ ਪ੍ਰੀਵੈਂਸ਼ਨ ਵੱਲ ਅਸੀਂ ਵਧਾਂਗੇ। ਕੀ ਲੱਗਦਾ ਕਿ ਦਿਨ ਦਿਹਾੜੇ ਜਿਹੜੀਆਂ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ, ਕਿੰਨੇ ਕੁ ਸੁਰੱਖਿਅਤ ਹੈਗੇ? ਦੇਖੋ ਇਹ ਆ ਜੀ, ਜਿਹੜੀ ਇਹ ਜਗ੍ਹਾ ਇਹ ਥੋੜੀ ਸਕਲੂਡਿਡ ਜਗ੍ਹਾ ਤਾਂ ਜੋ ਪ੍ਰੀਲਿਮਿਨਰੀ ਤੌਰ ਤੇ ਲੱਗ ਰਿਹਾ ਵੀ ਪਿੱਛਾ ਕਰਕੇ ਆ ਰਹੇ ਹੋਣੇ ਆ, ਇੱਥੇ ਕੋਈ ਆਸ ਪਾਸ ਰਿਹਾਇਸ਼ੀ ਏਰੀਆ ਇੱਧਰ ਵੀ ਨਹੀਂ ਹੈ, ਇੱਧਰ ਵੀ ਨਹੀਂ, ਸਾਹਮਣੇ ਸ਼ਮਸ਼ਾਨ ਘਾਟ ਆ, ਤਾਂ ਥੋੜੀ ਸਕਲੂਡਿਡ ਏਰੀਆ ਦੇਖ ਕੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਤੇ ਤਾਂ ਹੀ ਅਸੀਂ ਪਿਛਲੇ ਪਾਸੇ ਸਾਰੇ ਕੈਮਰੇ ਵਗੈਰਾ ਚੈੱਕ ਕਰਾਂਗੇ। 70,000 ਦੇ ਕਰੀਬ ਕਹਿ ਰਿਹਾ ਜੀ ਬਾਕੀ ਵੈਰੀਫਾਈ।